ਜਨਰਲ ਸਮਾਜ ਮੰਚ ਪੰਜਾਬ ਦੀ ਇਕਾਈ ਫਗਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਚੇਟੀ ਰੋਡ ਫਗਵਾੜਾ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਨਰਲ ਸਮਾਜ ਨਾਲ ਜੁੜੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਿੱਥੇ ਜਨਰਲ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਉਹਨਾਂ ਦੇ ਹੱਲ ਲਈ ਸਮੂਹ ਮੈਂਬਰਾਂ ਨੂੰ ਅੱਗੇ ਆਉਣ ਦੀ ਵੀ ਗੱਲ ਆਖੀ ਗਈ। ਇਸ ਮੌਕੇ ਜਨਰਲ ਸਮਾਜ ਮੰਚ ਦੇ ਆਗੂ ਗਿਰੀਸ਼ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਵੀ ਕਿਸ ਉਮੀਦਵਾਰ ਨੂੰ ਮੰਚ ਸਮਰਥਨ ਦੇਵੇਗਾ ਉਸ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਨਰਲ ਸਮਾਜ ਮੰਚ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਡਟਵਾਂ ਵਿਰੋਧ ਕਰੇਗਾ, ਕਿਉਂਕਿ ਫਗਵਾੜਾ ਵਿਖੇ ਵਾਪਰੇ ਘਟਨਾਕ੍ਰਮ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਵੀ ਅਹਿਮ ਰੋਲ ਸੀ। ਗਿਰੀਸ਼ ਸ਼ਰਮਾ ਮੁਤਾਬਕ ਮੰਚ ਦੇ ਸੀਨੀਅਰ ਨੇਤਾਵਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਦੱਸ ਦਿੱਤਾ ਜਾਵੇਗਾ ਕਿ ਮੰਚ ਕਿਸ ਉਮੀਦਵਾਰ ਨੂੰ ਸਮਰਥਨ ਦੇਵੇਗਾ। ਇਸ ਮੌਕੇ ਇੰਦਰਜੀਤ ਕਰਵਲ, ਰਮਨ ਨਹਿਰਾ, ਰਾਜੂ ਚਹਿਲ, ਗਿੰਨੀ, ਪ੍ਰਦੀਪ ਅਹੁਜਾ, ਸ਼ਿਵੀ ਬੱਤਾ, ਦੀਪਕ ਭਾਰਦਵਾਈ, ਅਰਜੇਸ਼ ਪਲਟਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਜਨਰਲ ਸਮਾਜ ਮੈਂ ਪੰਜਾਬ ਰਜਿਸਟਰ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਅੱਜ ਮੀਟਿੰਗ ਰੱਖੀ ਹੈ, ਜਿਸ ਦੇ ਵਿੱਚ ਮੇਨ ਏਜੰਡਾ ਇਹ ਸੀਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਹੈਗਾ ਉਹ ਕਿਸ ਕੈਂਡੀਡੇਟ ਦੀ ਸਪੋਰਟ ਕੀਤੀ ਜਾਵੇ, ਅਤੇ ਦੂਸਰਾ ਇਹ ਹੈ ਸਮਾਜ ਦੇ ਵਿੱਚ ਭਾਈਚਾਰਾ ਜਿਹੜਾ ਉਹ ਕਾਇਮ ਰੱਖਿਆ ਜਾਵੇ। ਇਸ ਸੰਬੰਧੀ ਸਾਰਿਆਂ ਦਾ ਵਿਚਾਰ ਵਿਮਰਸ਼ ਕੀਤਾ ਗਿਆ ਹੈਗਾ। ਵਿਚਾਰ ਕਰਨ ਤੋਂ ਬਾਅਦ ਇੱਕ ਬੜੀ ਪ੍ਰਿੰਸੀਪਲੀ ਗੱਲ ਡਿਸਾਈਡਿਡ ਹੈਗੀ ਹੈ ਕਿ ਜਨਰਲ ਸਮਾਜ ਮੈਂ ਰਜਿਸਟਰ ਪੰਜਾਬ ਹੈ ਉਹ ਆਮ ਆਦਮੀ ਪਾਰਟੀ ਜਿਹੜੇ ਕੈਂਡੀਡੇਟ ਆ ਰਾਜ ਕੁਮਾਰ ਚੱਬੇਵਾਲ ਆ ਉਹਦਾ ਵਿਰੋਧ ਕਰੇਗਾ, ਕਿਉਂਕਿ ਸਾਲ 2018 ਦੇ ਵਿੱਚ ਜੋ ਵੀ ਇੰਸੀਡੈਂਟ ਹੋਇਆ ਸੀਗਾ ਉਸ ਦੇ ਵਿੱਚ ਜੋ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਰੋਲ ਸੀਗਾ ਉਹ ਜਨਰਲ ਸਮਾਜ ਮੰਚ ਕਦੀ ਵੀ ਭੁੱਲੇਗਾ ਨਹੀਂ। ਜਿੱਥੇ ਤੱਕ ਕਿਸ ਕੈਂਡੀਡੇਟ ਦੀ ਸਪੋਰਟ ਕਰਨੀ ਹੈ ਇਹਦੇ ਬਾਰੇ ਅਸੀਂ 24 ਜਾਂ 25 ਤਰੀਕ ਨੂੰ ਫੈਸਲਾ ਕਰਕੇ ਆਪਸ ਕਮੇਟੀ ਜਿਹੜੀ 5 ਮੈਂਬਰੀ ਕਮੇਟੀ ਜਿਹੜੀ ਹੈਗੀ ਉੱਪਰਲੀ ਹਾਈ ਲੈਵਲ ਦੀ ਆ ਉਹ ਫੈਸਲਾ ਕਰਕੇ ਡਿਕਲੇਅਰ ਕਰਾਂਗੇ ਕਿ ਕਿਸ ਕੈਂਡੀਡੇਟ ਦੀ ਲੋਕ ਸਭਾ ਚੋਣਾਂ ਦੇ ਵਿੱਚ ਮਦਦ ਕਰਨੀ ਹੈ ਉਹਦਾ ਫੈਸਲਾ ਹੈ। ਜਨਰਲ ਸਮਾਜ ਮੰਚ ਪੰਜਾਬ ਦੀ ਇਕਾਈ ਫਗਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਚੇਟੀ ਰੋਡ ਫਗਵਾੜਾ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਨਰਲ ਸਮਾਜ ਨਾਲ ਜੁੜੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਜਿੱਥੇ ਜਨਰਲ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਉਹਨਾਂ ਦੇ ਹੱਲ ਲਈ ਸਮੂਹ ਮੈਂਬਰਾਂ ਨੂੰ ਅੱਗੇ ਆਉਣ ਦੀ ਵੀ ਗੱਲ ਆਖੀ ਗਈ। ਇਸ ਮੌਕੇ ਜਨਰਲ ਸਮਾਜ ਮੰਚ ਦੇ ਆਗੂ ਗਿਰੀਸ਼ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਵੀ ਕਿਸ ਉਮੀਦਵਾਰ ਨੂੰ ਮੰਚ ਸਮਰਥਨ ਦੇਵੇਗਾ ਉਸ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਨਰਲ ਸਮਾਜ ਮੰਚ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਡਟਵਾਂ ਵਿਰੋਧ ਕਰੇਗਾ, ਕਿਉਂਕਿ ਫਗਵਾੜਾ ਵਿਖੇ ਵਾਪਰੇ ਘਟਨਾਕ੍ਰਮ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਵੀ ਅਹਿਮ ਰੋਲ ਸੀ। ਗਿਰੀਸ਼ ਸ਼ਰਮਾ ਮੁਤਾਬਕ ਮੰਚ ਦੇ ਸੀਨੀਅਰ ਨੇਤਾਵਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਦੱਸ ਦਿੱਤਾ ਜਾਵੇਗਾ ਕਿ ਮੰਚ ਕਿਸ ਉਮੀਦਵਾਰ ਨੂੰ ਸਮਰਥਨ ਦੇਵੇਗਾ। ਇਸ ਮੌਕੇ ਇੰਦਰਜੀਤ ਕਰਵਲ, ਰਮਨ ਨਹਿਰਾ, ਰਾਜੂ ਚਹਿਲ, ਗਿੰਨੀ, ਪ੍ਰਦੀਪ ਅਹੁਜਾ, ਸ਼ਿਵੀ ਬੱਤਾ, ਦੀਪਕ ਭਾਰਦਵਾਈ, ਅਰਜੇਸ਼ ਪਲਟਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।